हाँ जी, सत श्री अकाल जी सारे। वधिया फार्म यूट्यूब चैनल तुहाडा स्वागत है जी। किसान वीरों, अज दे जिहड़े आपां वीडियो बना रहे हैं, पिंड भौमा, तहसील मजीठा ते जिला अमृतसर, गुरसेवक वीर कोल आपां पहुँच चुके हैं। तो अगे भी काफ़ी वीडियो तुहानूं वीर दे घरों विखाई दियां, गलबात हुण आपां वीर नाल करदे हां ते पुछदे हां सारी डिटेल। तो अज की वीडियो में तुहानूं आही दो गावां जिहड़ियां तुहानूं दिखाउणियां, एक तुहानूं बच्चे वाली दिखाउणी ते एक तुहानूं बच्चे तो बगैर तुहानूं दिखाउणी है। तो रेट जिहड़े वीर जी होणी कहिंदे कि आपां नॉर्मल ही करने, गलबात हुण आपां वीर नाल करदे हां, पुछदे हां सारी डिटेल। हाँ जी वीर जी, सत श्री अकाल जी। सत श्री अकाल हरप्रीत, सत श्री अकाल जी, की हाल जे? वधिया वधिया, तुसीं दसो। बस कृपा ਤੁਹਾਡੀ, ਤੁਹਾਨੂੰ ਠੀਕ ਠਾਕ ਜੇ? हाँ जी ਸਭ ਠੀਕ ਠਾਕ ਜੇ। ਬੜੇ ਦਰਸ਼ਨ ਮੰਗੇ ਹੋ ਕੇ ਰੱਖੇ, ਕੀ ਗੱਲ ਆ? ਉਹ ਤੁਹਾਨੂੰ ਪਤਾ ਫਿਰ ਉਧਰ ਗਏ ਸੀ ਕਿਤੇ ਤੇ। ਹਾਂ ਜੀ, ਗੱਲ ਤਾਂ ਹੈ। ਤੇ ਉਦੋਂ ਆਏ, ਤੁਹਾਡਾ ਵੀ ਉਦੋਂ ਫੋਨ ਫਾਨ ਕਾਫੀ ਆਉਂਦੇ ਰਹੇ, ਉਦੋਂ ਆਇਆ ਨਹੀਂ ਗਿਆ। ਉਹ ਵੀਰ ਜੀ, ਗੱਲ ਕੀ ਆ, ਮਾਲ ਦੇ ਵੀ ਖਿੱਚ ਬੜੀ। ਹਾਂ ਜੀ ਹਾਂ ਜੀ, ਜਦੋਂ ਆਪਾਂ ਤੁਹਾਨੂੰ ਫੋਨ ਕਰ ਰਹੇ ਉਦੋਂ ਤੁਹਾਡਾ ਟਾਈਮ ਨਹੀਂ ਹੁੰਦਾ। ਹਾਂ ਜੀ, ਜਦੋਂ ਤੁਹਾਡਾ ਟਾਈਮ ਉਹ ਤਾਂ ਸਾਡਾ ਮਾਲ ਨਹੀਂ ਹੁੰਦਾ ਜਮਾ। ਹਾਂ ਜੀ ਹਾਂ ਜੀ ਹਾਂ ਜੀ, ਤੇ ਅੱਜ ਵੀ ਤੱਕੇ ਨੇ ਇਕੱਠੀਆਂ ਕੀਤੀਆਂ ਫਿਰ ਤੁਸੀਂ। ਇਹ ਵੀ ਬਸ ਹੁਣੇ ਇੱਕ ਹੁਣੇ ਆਈ ਦੇ। ਹਾਂ ਜੀ, ਇੱਕ ਕੱਲ ਸ਼ਾਮਾਂ ਦੀ ਮਾਲ ਤੇ ਕੱਲ ਵੀ 4-5 ਵੜਾ ਹੈਗੀਆਂ ਸੀ, ਪਰ ਵੇਗੀ। ਹਾਂ ਜੀ ਵੀਰ ਜੀ, ਮਾਲ ਆਪਣੇ ਘਰੇ ਟੀਨ ਚ ਹੁੰਦਾ ਹੀ ਰਹਿੰਦਾ। ਟੀਨ ਚ ਰਹਿੰਦਾ, 2-3 ਦਿਨ ਬਸ ਟਾਈਮ ਹੁੰਦੇ ਹੁੰਦੇ ਆ। ਠੀਕ ਹੈ। ਹਾਂ ਜੀ ਵੀਰ ਜੀ, ਚਲੋ ਨਾਮ ਦੱਸ ਦੇ ਕਰੀ ਆਪਣਾ। ਨਾਮ ਵੀਰ ਜੀ ਆਪਣਾ ਗੁਰਸੇਵਕ ਸਿੰਘ। ਹਾਂ ਜੀ। ਪਿੰਡ ਭੋਮਾ, ਤਹਿਸੀਲ ਮਜੀਠਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ। ਤੇ ਫੋਨ ਨੰਬਰ ਬੋਲ ਦੇ। ਫੋਨ ਨੰਬਰ ਹੈਗਾ 7873-4844। ਠੀਕ ਹੈ ਜੀ। ਹਾਂ ਜੀ ਵੀਰ ਜੀ, ਤੇ ਜਿਹੜਾ ਆਪਣਾ ਘਰ ਬਿਲਕੁਲ ਮੇਨ ਰੋਡ ਦੇ ਉੱਤੇ, ਮੇਨ ਰੋਡ ਦੇ ਉੱਪਰ ਹੀ ਆ ਜੋ ਮਜੀਠੇ ਤੋਂ ਆਪਣਾ 5 ਕਿਲੋਮੀਟਰ ਸਾਰਾ ਪਿੰਡ ਆ ਭੂਮਾ। ਹਾਂਜੀ, ਬਾਬੇ ਰੋਡ ਜਿਹੜਾ ਬੜੀ ਮਸ਼ਹੂਰ ਜਗ੍ਹਾ ਵਾ। ਹਾਂਜੀ ਹਾਂਜੀ, ਤੇ ਰੋਡ ਦੇ ਉੱਪਰ ਹੀ ਆਪਣੀ ਹਵੇਲੀ ਜੇ। ਠੀਕ ਹੈ ਜੀ, ਆ ਦੇ ਸਕਦੇ ਜੇ। ਆ ਬਾਹਰ ਹੀ ਆ ਮੇਨ ਰੋਡ ਦੇ ਉੱਤੇ ਜਿਹੜਾ ਵੀਰ ਜੀ ਹੁਣਾਂ ਦਾ ਜਿਹੜਾ ਵਾ ਘਰ ਆ। ਤੇ ਚਲੋ ਸ਼ੁਰੂਆਤ ਫਿਰ ਆਪਾਂ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਆ ਜਰਸੀ ਚ ਜਿਹੜੀ ਗਾਂ ਇਹੀ ਤੁਹਾਨੂੰ ਦਿਖਾਉਣੀ ਆ। ਆਨੇ ਦੇ ਕਰੀ ਲਾ ਕੇ ਤਾਂ ਦੇ ਸਕਦੇ ਜੀ। ਦੱਸੀ ਵੀਰ ਜੀ, ਕਿੰਨਵਾਂ ਸੂਆ ਜੇ ਇਹਦਾ? ਵੀਰ ਜੀ, ਇਹ ਦੂਜਾ ਸੂਆ ਸੂਈ ਜੇ। ਅੱਛਾ ਜੀ। ਹਾਂ ਜੀ ਵੀਰ ਜੀ, ਤੇ ਸੂਈ ਨੂੰ ਇਹਨੂੰ ਕੋਈ 10-12 ਦਿਨ ਦਾ ਟਾਈਮ ਹੋ ਗਿਆ ਜੀ। 10-12 ਦਿਨ ਹੋ ਗਏ ਆ। ਹਾਂ ਜੀ ਵੀਰ ਜੀ, ਹੋ ਗਿਆ ਜੀ। ਤੇ ਦੁੱਧ ਕਿੰਨਾ ਜੀ ਮੌਕੇ ਤੇ? ਦੁੱਧ ਵੀਰ ਜੀ ਗੱਲਾਂ ਵਾਲਾ ਤੇ 13 ਕਿਲੋ ਜੇ। ਅੱਛਾ। ਤੇ ਜਿਹੜਾ ਠੰਡਾ ਕਰਕੇ ਮਿਣ ਕੇ ਦੇਦਣਾ ਉਹ 11 ਕਿਲੋ ਜੇ। 11 ਲੀਟਰ। ਹਾਂ ਜੀ ਹਾਂ ਜੀ ਵੀਰ ਜੀ, ਬਿਲਕੁਲ ਜਿਹੜਾ ਕੰਡੇ ਤੇ ਤੋਲ ਕੇ ਲੈ ਜੇ। ਬਿਲਕੁਲ ਜਿਹੜਾ ਮਰਜ਼ੀ ਕੋ 3 ਟਾਈਮ ਚਵਾਈ ਕਰਾਵੇ ਮੇਰਾ ਵੀਰ। ਅੱਛਾ ਜੀ। ਹਾਂ ਜੀ ਵੀਰ ਜੀ, ਠੀਕ ਹੈ। ਤੇ 11 ਲੀਟਰ ਜਿਹੜਾ ਮੌਕੇ ਤੇ ਹੈਗਾ। ਹਾਂ ਜੀ ਹਾਂ ਜੀ, ਬਾਕੀ ਵੇਖ ਲਓ ਗੰਦਵੀ ਵੇੜਿਆ ਕੋਈ ਲਿੱਸੀ ਹੈ ਨਹੀਂ ਆ, ਜਿੱਦਾਂ ਦੇ ਘਰਾਂ 'ਚ ਡਿਮਾਂਡ ਹੁੰਦੀ ਆ। ਹਾਂਜੀ ਹਾਂਜੀ, ਨਾ ਬਹੁਤੇ ਵੱਡੇ ਕਰਦੇ ਨਾ ਬਹੁਤੇ ਛੋਟੇ ਕਰਦੀ ਆ। ਹਾਂਜੀ 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 ਵੀਰ ਜੀ, ਤੇ ਬਾਕੀ ਚਲੋ ਫੈਟ ਵੀ ਇਹਦੀ ਚੰਗੀ ਹੋ ਗਈ ਨਾ। ਚੰਗੀ ਇਹ ਵੀਰ ਜੀ, ਕ੍ਰੋਸ ਟੈਪ ਹੈ ਥੋੜੀ ਜੀ। ਹਾਂਜੀ, ਇਹ ਤਾਂ ਨਾ ਤਾਂ ਠੰਡ ਦੀ ਪ੍ਰਵਾਹ ਜੇ। ਹਾਂਜੀ, ਨਾ ਹੀ ਗਰਮੀ ਦੀ ਪ੍ਰਵਾਹ ਆ, ਗਰਮੀਆਂ ਸਾਰੀਆਂ ਕਢਾ ਦੋ ਜੀ ਆਰਾਮ ਨਾਲ ਵੀਰ ਜੀ। ਜਿਹੜੇ ਵੀਰ ਨੇ ਡੇਰੀ ਦੁੱਧ ਪਾਉਣਾ ਉਹਦੇ ਵਾਸਤੇ ਬਹੁਤ ਵਧੀਆ ਵਾ। ਹਾਂਜੀ 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 ਵੀਰ ਜੀ, ਤੇ ਵਧੂ ਹੋਰ ਦੁੱਧੋ ਕਿ ਨਹੀਂ ਵੀਰ ਜੀ? ਅਜੇ ਆਪਣੇ ਕੋਲ ਇਹ ਕੱਲ ਹੀ ਆਈ ਆ। ਜੇ ਕੋਈ ਵੀਰ ਸੇਵਾ ਵਾਲਾ ਲੈ ਗਿਆ ਤੋ ਪਾ 13-14 ਕਿਲੋ ਚੋਲੇ ਤੁਹਾਨੂੰ ਪਾ ਦੁੱਧ ਤੇ ਪਾਏਦਾ ਜੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਖੋਲੋ ਹਾਂ ਫਿਰ ਤੋਰੀ ਇੱਕ ਕਰੀ ਨਾ। ਆ ਦੇ ਸਕਦੇ ਜੀ, ਹਵਾਨਾ ਜਿਹੜਾ ਇਹਦਾ ਇੱਕ ਕਰੀ ਲੱਗ ਰਿਹਾ, ਦੇ ਸਕਦੇ। ਠੀਕ ਹੈ ਵੀਰ ਜੀ, ਲੈ ਆ ਜੀ। ਬਾਕੀ ਫੇਸਬੁੱਕ ਆ ਜੀ ਖਾ। ਹਾਂਜੀ, ਚਿਹਰੇ ਤੇ ਵੀ ਜਿਹੜੀ ਆਪਾਂ ਦੇ, ਬਾਕੀ ਠੰਡੀ ਧੀਰੀ ਆ, ਕੋਈ ਗਰਮ ਨਹੀਂ ਭਾਵੇਂ ਕੋਈ ਨਿਆਣਾ ਜਾਵੇ। ਹਾਂਜੀ ਹਾਂਜੀ ਹਾਂਜੀ, ਖਾਣੇ ਦੇ ਬਹਿਣੀ ਵਾਲੇ ਪਾਸੇ ਤਾਂ ਵੀ ਇੱਕ ਦੀ ਦੇ ਸਕਦੇ। ਹਵਾਨਾ ਪਛਾਉਣ ਨੂੰ ਵੀ ਠੀਕ ਹੈ ਤੇ ਹਵਾਨਾ ਗਾਹ ਨੂੰ ਵੀ ਠੀਕ ਹੈ। ਤੇ ਕੀ ਮੁੱਲ ਜੇ ਵੀਰ ਜੀ ਇਹਦਾ? ਮੁੱਲ ਤੇ ਵੀਰ ਜੀ ਤੁਹਾਨੂੰ ਪਤਾ ਬਾਜ਼ਾਰ ਹੁਣ ਬਹੁਤ ਅੱਗ ਮੱਚੀ ਪਈ ਹੈ ਇਸ ਟਾਈਮ ਤੇ। ਹਾਂਜੀ ਹਾਂਜੀ, ਤੇ ਮਾਲ ਬੜਾ ਔਖਾ ਇਕੱਠਾ ਹੋ ਰਿਹਾ ਜੇ। ਠੀਕ ਹੈ, ਇੱਕ ਡੰਗਰ ਫਿਰ 500-500 ਤੇਲ ਫੁਕਣਾ ਪੈਣ ਰਿਹਾ ਜੇ। ਅੱਛਾ ਜੀ, ਤੇ ਜੇ ਤੇ ਮਾਰਕੀਟ ਵਾਲਾ ਜਾਈਏ। ਹਾਂਜੀ, ਤੇ ਫਿਰ ਇਹੋ ਜਿਹੀਆਂ ਮੁੱਲ ਕੋਈ 40-40 ਵੀ ਕਰੀ ਜਾਣ ਦੇ ਆ। ਅੱਛਾ, ਤੇ ਨਾ ਆਪਾਂ 40 ਮੁੱਲ ਕਰਦੇ ਨਾ 35। ਹਾਂਜੀ, 32,000 ਦੀ ਵੀਰ ਦੇ ਦਾਂਗੇ। 32,000 ਦੀ ਦੇ ਦੋਗੇ? ਹਾਂਜੀ ਹਾਂਜੀ, ਉਹ ਚੋਂ ਵੀ ਕਰ ਦੋਗੇ ਮਾਨ ਤਾਂ? ਕਰ ਦਾਂਗੇ ਵੀਰ ਜੀ, ਤੁਹਾਨੂੰ ਪਤਾ ਆਪਾਂ ਇੱਥੇ ਕੋਈ ਆਵੇ ਵੀਰ ਮਾਲ ਮੁੱਲ ਪਾਵੇ ਆਪਾਂ ਖਾਲੀ ਨਹੀਂ ਜੀ ਮੋੜਦੇ। ਅੱਛਾ, 2,000 ਵੀ ਛੱਡ ਦਾਂਗੇ ਦੱਸੋ? ਅੱਛਾ, 30,000 ਦੀ ਦੇ ਦੋ। 30,000 ਦੇ, ਉਹ ਚੋਂ ਹੀ ਛੋਟ ਛੱਪਾ ਕਰ ਦਾਂਗੇ। ਉਹ ਚੋਂ ਵੀ ਛੋਟ ਛੱਪਾ ਕਰ ਦੋਗੇ? ਠੀਕ ਹੈ ਜੀ। ਹੁਣ ਜਿਹੜੀ ਆ ਦੂਸਰੇ ਨੰਬਰ ਤੇ ਇੱਕ ਕਾਫੀ ਸੋਹਣੀ ਵੈੜ ਆ, ਇਹ ਕਾਵੀ ਥਣ ਬੜਾ ਪਿਆਰਾ ਵਾ ਇਹਦੇ ਕੋਲ, ਥੋੜਾ ਜਿਹਾ ਡਰਦੀ ਆ ਸਾਡੇ ਕੋਲੋਂ। ਫੋਨ ਬਣਾ ਮੇਰੇ ਵਾਲਾ, ਫੋਨ ਮੇਰੇ ਵਾਲਾ। ਆ ਦੇ ਸਕਦੇ, ਥਣਾਂ ਦਾ ਸਾਈਜ਼ ਕਾਫੀ ਪਿਆਰਾ ਵਾ ਇਹਦਾ, ਗੈਪ ਵੀ ਥਣਾਂ ਦਾ ਚੰਗਾ ਤੇ ਸਾਈਜ਼ ਵੀ ਜਿਹੜਾ ਚੰਗਾ। ਇਹਦੇ ਬਾਰੇ ਆਪਾਂ ਵੀਰ ਤੋਂ ਪੁੱਛਦੇ ਹਾਂ। ਦੱਸੀਏ ਵੀਰ ਜੀ, ਕਿੰਨਵਾਂ ਸੂਆ ਜੇ ਇਹਦਾ? ਵੀਰ ਜੀ, ਕਿੰਨਵਾਂ ਸੂਆ ਜੇ ਇਹਦਾ? ਇਹ ਵੀਰ ਜੀ ਦੂਜਾ ਸੂਆ ਸੂਈ ਜੇ। ਅੱਛਾ ਜੀ। ਹਾਂਜੀ, ਤੇ ਇਹਨੂੰ ਸੂਈ ਨੂੰ ਕੋਈ 20-25 ਦਿਨ ਹੋ ਗਏ ਆ। ਅੱਛਾ ਜੀ, ਤੇ ਬੱਚਾ ਇਹਦਾ ਵੀਰ ਜੀ ਮਰ ਗਿਆ, ਬੱਚਾ ਹੀ ਮਗਰ। ਅੱਛਾ, ਬੱਚਾ ਨਹੀਂ ਹੈਗਾ ਇਹਦਾ? ਆਪਾਂ ਪਰ ਫੋਟੋ ਖਿੱਚ ਲੈਂਦੀ ਉਹ ਕਰੀ ਤੋਂ ਲੈਂਦੀ ਨਾ। ਅੱਛਾ, ਹਾਂਜੀ ਵੀਰ ਜੀ, ਆ ਫੋਟੋ ਇੱਕ ਰਿਕਾ ਦੀ। ਅੱਛਾ, ਆ ਇਹਦਾ ਬੱਚਾ ਹੀ ਆ? ਹਾਂਜੀ ਹਾਂਜੀ ਵੀਰ ਜੀ। ਠੀਕ ਆ, ਤੇ ਕਦੋਂ ਕਦੋਂ ਇਹਦਾ ਬੱਚਾ ਮਰਿਆ ਜੀ?
ਬੱਚੇ ਰੰਗ ਰੂਪ ਸੋਹਣਾ ਵਾ। ਠੀਕ ਹੈ ਵੀਰ ਜੀ, ਬਣਦੇ ਨੇ ਮੁੱਲ ਹੋਣੇ ਦਾ ਵੀ ਆਪਾਂ ਵੀਰ ਤੋਂ ਪੁੱਛ ਲੈਂਦੇ ਹਾਂ। ਬਾਕੀ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ, ਬਾਕੀ ਵੀਰ ਜੀ ਇੱਕ ਬੇਨਤੀ ਕਰਨੀ ਤੁਹਾਡੇ ਗੜੀ। ਹਾਂਜੀ ਵੀਰ, ਜਿਹੜਾ ਵੀਰ ਸਾਨੂੰ ਸਾਈ ਪਾਊਗਾ ਨਾ, ਹਾਂਜੀ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।